बीती शाम एकदम मौसम विच आए बदलाव नाल पावे लोकां नूं गर्मी तो राहत महसूस हुई पर श्री मुक्तसर साहिब जिले दे कुछ पिंडां दे विच बीती शाम बारिश दे नाल होए गड़े कारण किसानां दी सब्जियां दा काफी नुकसान होया है। इस संबंध विच खेतीबाड़ी विभाग दे अधिकारियां ने इन्हां खेतां दा जायजा भी लिया। फरीदकोट तो अनमोल सिंह दी रिपोर्ट, लाइव भारत। मैं गुरचरण सिंह पिंड लुंडे वाला ते मैं सरकार तो मंग करदा कि साडे पिंड दीआं जवारां साडे पिंड दे जिन्ने भी शैड है सारे भन्न चुके है ते साडे मतलब भी जिन्ने नरमे सी नरमे भी मारे गए है ते सरकार सानू इहदा मुआवजा देवे ते मैं राजे विणग नूं भी मतलब भी बेनती करदा भी साडे हलके दा नुमाइंदा है पंजाब कांग्रेस दा प्रधान है वो अफसर नूं लैके ते साडे पिंडां दे हालात विखावे साडे पिंडां दे हालात मतलब गड़े पैणे करके बहुत ज्यादा माड़े हो गए ते इन्ने माड़े हो गए अद्धा अद्धा किलो दे किलो किलो दे साडे पिंड च गड़े पै गए है सारे शैड टुट चुके है असीं सरकार कोलों मंग करदे हां सानूं शैडां दा खर्चा दित्ता जावे पनीरियां दा खर्चा दित्ता जावे नरमे दा खर्चा दित्ता जावे ते जो साडे सब्जियां बीजियां ते ज्वार बीजी सी उन्हां दा खर्चा दित्ता जावे। मैं भगवंत मान जी नूं बेनती करदा भी साडे पिंड दे विच बहुत वड्डे वड्डे असीं हत्थां च गड़े फड़े बैठे हां ते आह देख लो भगवंत मान जी आ परमात्मा ने सच्चे पातशाह ने जिहड़ी साडे ते कृपा करी है ते तुसीं कृपा कर सकदे हां साडे पिंडां नूं शैडां दे नुकसान ते नरमे दा नुकसान पनीरियां दा नुकसान ते सब्जियां दा नुकसान नरमियां दा नुकसान तुसीं दे सकदे हां। वाहिगुरू जी का खालसा वाहिगुरू जी की फतेह। ਹਾਂਜੀ ਸਰ ਕੀ ਨਾਮ ਹੈ ਜੀ? ਮੈਂ ਜੀ ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ। ਸਰ ਗੜੇਮਾਰੀ ਨਾਲ ਕਿੰਨਾ ਨੁਕਸਾਨ ਦੱਸਿਆ ਗਿਆ ਇੱਥੇ? ਕੱਲ ਜਦੋਂ ਸ਼ਾਮ ਨੂੰ ਮੌਸਮ ਖਰਾਬ ਹੋਇਆ ਸੀ ਉਦੋਂ ਇੱਕ ਵੀਡੀਓ ਵਾਇਰਲ ਹੋਇਆ ਸੀਗਾ ਵੀ ਲੁੰਡੇ ਵਾਲੇ ਦੇ ਵਿੱਚ ਕਾਫੀ ਗੜੇਮਾਰੀ ਹੋਈ ਹੈ। ਸੋ ਅਸੀਂ ਰਾਤ ਹੀ ਥੋੜ੍ਹਾ ਜਾਇਜ਼ਾ ਲੈ ਲਿਆ ਸੀਗਾ ਅਤੇ ਅੱਜ ਸੁਬਹਾ ਅਸੀਂ ਪੂਰੀ ਟੀਮ ਨਾਲ ਬਲਾਕ ਅਫਸਰ ਨਾਲ ਹੈ ਸਾਰੇ ਏਡੀਓਜ਼ ਨਾਲ ਹੈ AEO ਸਾਹਿਬ ਹੋਰ ਸਬ ਇੰਸਪੈਕਟਰ ਸਾਰੇ ਨਾਲ ਹੈ ਅਸੀਂ ਇੱਥੇ ਪਿੰਡ 'ਚ ਆਏ ਹਾਂ। ਅਸੀਂ ਇੱਥੇ ਦੇਖਿਆ ਵੀ ਜਿਹੜਾ ਲੁੰਡੇ ਵਾਲੇ ਤੋਂ ਜਿਹੜਾ ਬਾਦੀਆਂ ਵਾਲੇ ਰੋਡ ਦੇ ਉੱਤੇ ਸਬਜ਼ੀ ਬੀਜੀ ਹੈ ਸਬਜ਼ੀ ਦਾ ਨੁਕਸਾਨ ਖਾਸ ਕਰਕੇ ਟਮਾਟਰ ਦਾ ਖੀਰੇ ਦਾ ਉਹ ਨੁਕਸਾਨ ਦਿਸ ਰਿਹਾ। ਇਹਦੇ ਸੰਬੰਧ 'ਚ ਅਸੀਂ ਹੁਣੇ ਇੱਥੇ ਜਿਹੜੇ ਹੋਰਟੀਕਲਚਰ ਦੇ ਜ਼ਿਲ੍ਹਾ ਪੱਧਰ ਦੇ ਅਧਿਕਾਰੀ ਹੈ ਉਹਨਾਂ ਨੂੰ ਸੁਨੇਹਾ ਲਾਇਆ ਵੀ ਆਪਦੀ ਟੀਮ ਭੇਜੋ ਅਤੇ ਇਹ ਨੁਕਸਾਨ ਦਾ ਜਿਹੜਾ ਜਾਇਜ਼ਾ ਲਿਆ ਜਾਵੇ। ਬਾਕੀ ਜਿਹੜੀ ਖੇਤੀਬਾੜੀ ਦੀਆਂ ਫਸਲਾਂ ਜਿਵੇਂ ਨਰਮਾ ਉਹ ਅਸੀਂ ਦੇਖਿਆ ਜਿਸ ਬੂਟੇ ਦੇ ਉੱਤੇ ਕੋਈ ਗੜਾ ਵੱਜ ਗਿਆ ਉਹਦਾ ਪੱਤਾ ਜ਼ਰੂਰ ਟੁੱਟ ਗਿਆ ਪਰ ਕੁੱਲ ਮਿਲਾ ਕੇ ਨਰਮੇ ਦੀ ਫਸਲ ਦਾ ਕੋਈ ਬਹੁਤਾ ਵੱਡਾ ਨੁਕਸਾਨ ਨਹੀਂ ਕਿਉਂਕਿ ਪਿਛਲੇ ਦਿਨਾਂ 'ਚ ਕਾਫੀ ਗਰਮੀ ਸੀ ਲੋ ਦੇ ਨਾਲ ਜਿਹੜਾ ਨਰਮਾ ਮੱਚ ਵੀ ਰਿਹਾ ਸੀਗਾ। ਸੋ ਨਰਮੇ ਦੀ ਫਸਲ ਨੂੰ ਇਸ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਮੂੰਗੀ ਵੀ ਇੱਥੇ ਬੀਜੀ ਹੈ ਉਹਨੂੰ ਵੀ ਕੋਈ ਨੁਕਸਾਨ ਨਹੀਂ ਗਾ। ਇਸ ਤੋਂ ਇਲਾਵਾ ਜਿਹੜੇ ਪਿੰਡ ਦੇ ਵਿੱਚ ਸ਼ੈੱਡ ਹੈ ਉਹ ਸ਼ੈੱਡਾਂ ਦੇ ਵਿੱਚ ਇਹ ਗੜੇ ਵਿਰਲੇ ਸੀ ਮੋਟੇ ਉਹ ਸ਼ੈੱਡਾਂ ਦੇ ਵਿੱਚ ਸਰਪੰਚ ਸਾਹਿਬ ਦੱਸਦੇ ਹੈ ਵੀ ਉਹਨਾਂ ਦੇ ਵਿੱਚ ਵੀ ਮੋਰੇ ਹੋਏ ਹੈ। ਸੋ ਉਸ ਦੇ ਸੰਬੰਧ ਅਸੀਂ ਵੀਡੀਓ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਉਹ ਇਹਦਾ ਜਾਇਜ਼ਾ ਲੈਣ। ਕੀ ਨਾਮ ਹੈ ਜੀ? ਚਰਨਜੀਤ ਸਿੰਘ ਹੈ ਜੀ, ਪਿੰਡ ਗੁਰਦੁਆਰਾ ਹੈ ਮੇਰਾ। ਢਾਣੀ 'ਚ ਬੈਠੇ ਹਾਂ ਜੀ, ਚਾਦਰਾਂ ਪਾਈਆਂ ਸੀ ਪਸ਼ੂਆਂ 'ਤੇ ਜੀ, ਐਡੇ ਐਡੇ ਮੋਰੇ ਨਿਕਲ ਗਏ, 6-7 ਚਾਦਰਾਂ ਮੇਰੀਆਂ ਜਮ੍ਹਾਂ ਬੇਕਾਰ ਹੋ ਗਈਆਂ ਜੀ। ਇਹਦਾ ਮੈਨੂੰ ਸਰਕਾਰ ਕਨਿਓ ਮੁਆਵਜ਼ਾ ਮਿਲਣਾ ਚਾਹੀਦਾ ਜੀ, ਗਰੀਬ ਬੰਦੇ ਹੈ ਅਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡਾ ਜੀ। ਫਸਲਾਂ ਦਾ ਕਿਵੇਂ ਹੈ ਜੀ? ਫਸਲ ਵੀ ਬੀਜੀ ਆ ਵੇਲੋ ਮੱਕੀ ਦਾ ਟੁੱਟੇ ਕਰੇ ਪਏ ਪੱਤਿਆਂ ਦੇ, ਹਾਂ ਜਵਾਰਾਂ ਪਨੀਰੀਆਂ ਬੀਜੀਆਂ ਸੀ ਪਨੀਰੀਆਂ ਤਾਂ ਰਹੀਆਂ ਹੀ ਨਹੀਂ, ਜਮਾਂ ਸਾਰਾ ਹੀ ਨੁਕਸਾਨ ਹੋ ਗਿਆ ਜੀ, ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ।